ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਆਪਣੇ ਚੈਨਲ 'ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਕਰਦਾ। ਫਲ ਖਾਣੇ ਆਪਣੇ ਸਿਹਤ ਲਈ ਬਹੁਤ ਲਾਭਦਾਇਕ ਹੁੰਦੇ ਨੇ ਨਾ, ਅਤੇ ਆਪਾਂ ਅਕਸਰ ਫਲ ਖਾਂਦੇ ਰਹਿੰਦੇ ਹਾਂ, ਅਤੇ ਕੁਝ ਕੁ ਫਰੂਟਸ ਇਹੋ ਜਿਹੇ ਹੁੰਦੇ ਨੇ ਜਿਹੜੇ ਆਪਣੇ ਫੇਵਰੇਟ ਹੁੰਦੇ ਨੇ। ਕਿਸੇ ਨੂੰ ਸੇਬ ਪਸੰਦ ਆ, ਕਿਸੇ ਨੂੰ ਅਨਾਰ, ਕਿਸੇ ਨੂੰ ਅਨਾਨਾਸ, ਕਿਸੇ ਨੂੰ ਅੰਬ, ਹਰੇਕ ਇਨਸਾਨ ਦੀ ਇੱਕ ਆਪਣੀ ਅਲੱਗ ਚੋਇਸ ਹੁੰਦੀ ਆ। ਕੁਝ ਫਲਾਂ ਨੂੰ ਆਪਾਂ ਸਸਤੇ ਮੰਨਦੇ ਹਾਂ, ਕੁਝ ਨੂੰ ਮਹਿੰਗੇ, ਜਿੱਦਾਂ ਸੇਬ, ਕੇਲੇ, ਕੀਨੂ ਵਗੈਰਾ, ਇਹਨਾਂ ਨੂੰ ਆਪਾਂ ਸਸਤੇ ਫਲ ਮੰਨਦੇ ਹਾਂ। ਅਨਾਰ, ਸਟ੍ਰੋਬੇਰੀ, ਡਰੈਗਨ ਵਗੈਰਾ, ਇਹ ਥੋੜ੍ਹੇ ਜਿਹੇ ਆਪਾਂ ਕਹਿੰਦੇ ਹਾਂ ਵੀ ਥੋੜ੍ਹੇ ਜਿਹੇ ਮਹਿੰਗੇ ਨੇ, ਹੈ ਨਾ। ਤੁਸੀਂ ਕਦੇ ਸੋਚਿਆ ਕਿ ਦੁਨੀਆ ਦੇ ਸਭ ਤੋਂ ਮਹਿੰਗੇ ਫਲ ਕਿਹੜੇ ਨੇ? ਅੱਜ ਅਸੀਂ ਤੁਹਾਡੇ ਸਾਹਮਣੇ ਦੁਨੀਆ ਦੇ ਸਭ ਤੋਂ ਮਹਿੰਗੇ 5 ਫਲਾਂ ਦੀ ਜਾਣਕਾਰੀ ਲੈ ਕੇ ਆਏ ਹਾਂ। ਇਹਨਾਂ ਫਲਾਂ ਦੀ ਕੀਮਤ ਹਜ਼ਾਰਾਂ ਵਿੱਚ ਨਹੀਂ, ਲੱਖਾਂ ਵਿੱਚ ਹੈ। ਚਲੋ ਹੁਣ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ। ਸਭ ਤੋਂ ਮਹਿੰਗੇ ਫਲਾਂ ਦੀ ਲਿਸਟ ਵਿੱਚ 5ਵੇਂ ਨੰਬਰ 'ਤੇ ਆਉਂਦਾ ਲਾਸਟ ਗਾਰਡਨ ਆਫ ਹਿਲਗਨ ਦਾ ਪਾਈਨਐਪਲ। ਇਸ ਅਨਾਨਾਸ ਦੀ ਖੇਤੀ ਇੰਗਲੈਂਡ ਦੇ ਵਿੱਚ ਕੀਤੀ ਜਾਂਦੀ ਹੈ ਨਾ, ਜਿਹਨੂੰ ਗ੍ਰੀਨ ਹਾਊਸ ਅੰਦਰ 50 ਤੋਂ ਜ਼ਿਆਦਾ ਕਿਸਾਨਾਂ ਦੁਆਰਾ ਘੋੜੇ ਦੀ ਖਾਦ ਅਤੇ ਫੂਲ ਦੇ ਇਸਤੇਮਾਲ ਕਰਕੇ ਉਗਾਇਆ ਜਾਂਦਾ ਹੈ। ਇੱਕ ਅਨਾਨਾਸ ਦੀ ਕੀਮਤ $1,600 ਜਾਣੀ ਕਿ ਲਗਭਗ 96,000 ਰੁਪਏ ਹੁੰਦੀ ਆ। ਪੱਕ ਕੇ ਇਹ ਅਨਾਨਾਸ ਬਿਲਕੁਲ ਪੀਲੇ ਰੰਗ ਦਾ ਹੋ ਜਾਂਦਾ ਹੈ। ਇਹਨੂੰ ਉਗਾਉਣ ਦੇ ਲਈ ਲਗਭਗ 2 ਸਾਲ ਦਾ ਸਮਾਂ ਲੱਗ ਜਾਂਦਾ ਹੈ। ਚੌਥੇ ਨੰਬਰ 'ਤੇ ਆਉਂਦਾ ਹੈ ਜਪਾਨ ਦੇ ਵਿੱਚ ਉੱਗਣ ਵਾਲਾ ਤਾਈਓ ਨੋ ਤਿਆਗੋ ਅੰਬ। ਇਸ ਅੰਬ ਦਾ ਨਾਮ ਬੜਾ ਅਜੀਬ ਆ, ਚਲੋ ਆਪਾਂ ਇਹਨੂੰ ਪੰਜਾਬੀ 'ਚ ਤਾਈ ਵਾਲਾ ਅੰਬ ਕਹਿ ਦਿੰਦੇ ਹਾਂ, ਸੌਖਾ ਰਹੂਗਾ। ਇਸ ਅੰਬ ਨੂੰ ਐੱਗ ਆਫ ਦਾ ਸਨ ਦੇ ਨਾਂ ਨਾਲ ਵੀ ਜਾਣਿਆ ਜਾਂਦਾ, ਕਿਉਂਕਿ ਇਹਦੀ ਸ਼ੇਪ ਇੱਕ ਆਂਡੇ ਦੀ ਤਰ੍ਹਾਂ ਹੁੰਦੀ ਆ। ਇਸ ਅੰਬ ਦੀ ਖੇਤੀ ਸਿਰਫ ਔਡਰ 'ਤੇ ਹੀ ਕੀਤੀ ਜਾਂਦੀ ਹੈ। ਇਹ ਅੱਧਾ ਪੀਲਾ ਅਤੇ ਅੱਧਾ ਲਾਲ ਹੁੰਦਾ ਹੈ। ਇਹ ਜਪਾਨ ਦੇ ਅੰਦਰ ਗਰਮੀ ਅਤੇ ਸਰਦੀ ਦੇ ਮੌਸਮ ਦੇ ਵਿੱਚ ਵਾਲੇ ਮੌਸਮ ਵਿੱਚ ਤਿਆਰ ਕੀਤਾ ਜਾਂਦਾ ਹੈ। ਇਸ ਅੰਬ ਦੀ ਜੋੜੀ ਲਗਭਗ 2 ਲੱਖ ਰੁਪਏ ਦੀ ਹੁੰਦੀ ਹੈ, ਯਾਨੀ ਕਿ 1 ਲੱਖ ਰੁਪਏ ਦਾ ਇੱਕ ਅੰਬ। ਤੀਜੇ ਨੰਬਰ 'ਤੇ ਆਉਣ ਵਾਲਾ ਰੂਬੀ ਰੋਮਨ ਅੰਗੂਰ ਵੀ ਜਪਾਨ ਦੇ ਵਿੱਚ ਹੀ ਉਗਾਇਆ ਜਾਂਦਾ ਹੈ। ਇਸ ਅੰਗੂਰ ਦੀ ਪੈਦਾਵਾਰ 2008 ਵਿੱਚ ਸ਼ੁਰੂ ਕੀਤੀ ਗਈ ਸੀ। ਇਹ ਸਿਰਫ ਜਪਾਨ ਦੇ ਵਿੱਚ ਹੀ ਮਿਲਦੇ ਨੇ। ਇਹਦੇ ਇੱਕ ਗੁੱਛੇ ਵਿੱਚ 30 ਅੰਗੂਰ ਹੁੰਦੇ ਨੇ ਅਤੇ ਇੱਕ ਅੰਗੂਰ ਦਾ ਵਜ਼ਨ ਲਗਭਗ 20 ਗ੍ਰਾਮ ਹੁੰਦਾ ਹੈ। ਇਸ ਨੂੰ ਟੇਬਲ ਗ੍ਰੇਪਸ ਵੀ ਕਿਹਾ ਜਾਂਦਾ ਹੈ ਅਤੇ ਇਸ ਦੀ ਕੀਮਤ 2,66,000। ਦੂਜੇ ਨੰਬਰ 'ਤੇ ਉਗਾਇਆ ਜਾਣ ਵਾਲਾ ਡੈਂਸੂਕੇ ਵਾਟਰਮੈਲਨ ਵੀ ਜਪਾਨ ਦੇ ਵਿੱਚ ਹੀ ਮਿਲਦਾ ਹੈ। ਇਸ ਦਾ ਵਜ਼ਨ 10 ਕਿਲੋ ਦੇ ਕਰੀਬ ਹੁੰਦਾ ਹੈ ਅਤੇ ਇਹਦੇ ਵਿੱਚ ਬਹੁਤ ਜ਼ਿਆਦਾ ਪਾਣੀ ਭਰਿਆ ਹੁੰਦਾ ਹੈ, ਨੋਰਮਲ ਤਰਬੂਜ ਨਾਲੋਂ ਬਹੁਤ ਜ਼ਿਆਦਾ, ਜਿਸ ਕਰਕੇ ਇਹ ਛੇਤੀ ਖਰਾਬ ਵੀ ਨਹੀਂ ਹੁੰਦਾ। ਜੇਕਰ ਤੁਸੀਂ ਇਹ ਤਰਬੂਜ ਖਾਣਾ ਚਾਹੁੰਦੇ ਹੋ ਤਾਂ ਤੁਹਾਨੂੰ 4,13,000 ਦੇ ਕਰੀਬ ਕੀਮਤ ਚੁਕਾਉਣੀ ਪਵੇਗੀ। ਅਤੇ ਅਖੀਰ 'ਚ ਦੁਨੀਆ ਦਾ ਸਭ ਤੋਂ ਮਹਿੰਗਾ ਫਲ ਹੋਣ ਦਾ ਖਿਤਾਬ ਜਾਂਦਾ ਹੈ ਜਪਾਨ ਦੇ ਹੀ ਯੂਬਰੀ ਖਰਬੂਜੇ ਨੂੰ। ਇਸ ਖਰਬੂਜੇ ਨੂੰ ਬਹੁਤ ਹੀ ਘੱਟ ਐਕਸਪੋਰਟ ਕੀਤਾ ਜਾਂਦਾ ਹੈ। ਇਸ ਨੂੰ ਧੁੱਪ ਤੋਂ ਦੂਰ ਗ੍ਰੀਨ ਹਾਊਸ ਦੇ ਵਿੱਚ ਉਗਾਇਆ ਜਾਂਦਾ ਹੈ। ਇਹ ਦੇਖਣ ਨੂੰ ਤਾਂ ਆਮ ਖਰਬੂਜੇ ਵਰਗਾ ਹੀ ਹੁੰਦਾ ਹੈ, ਪਰ ਸਵਾਦ ਇਸ ਦਾ ਬਹੁਤ ਹੀ ਮਿੱਠਾ ਹੁੰਦਾ ਹੈ। ਇਸ ਖਰਬੂਜੇ ਦੀ ਕੀਮਤ ਸੁਣ ਕੇ ਤੁਸੀਂ ਜ਼ਰੂਰ ਹੈਰਾਨ ਹੋ ਜਾਵੋਗੇ, ਕਿਉਂਕਿ ਇੱਕ ਖਰਬੂਜੇ ਦੀ ਕੀਮਤ ਹੈ ਲਗਭਗ 16,33,000। ਆਮ ਮਿਲਣ ਵਾਲੇ ਖਰਬੂਜੇ ਦੀ ਕੀਮਤ 20 ਰੁਪਏ ਤੱਕ ਹੀ ਹੁੰਦੀ ਹੈ। ਇਹ ਸੀ ਦੁਨੀਆ ਦੇ ਸਭ ਤੋਂ ਮਹਿੰਗੇ ਫਲ। ਦੁਨੀਆ ਦੇ ਸਭ ਤੋਂ ਮਹਿੰਗੇ ਫਲ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਲਈ ਬਣੇ ਨੇ, ਕਿਉਂਕਿ ਆਮ ਆਦਮੀ ਇਹ ਫਲ ਕਦੇ ਵੀ ਨਹੀਂ ਖਰੀਦ ਸਕਦਾ। ਪਰ ਆਮ ਆਦਮੀ ਨੂੰ ਅਸੀਂ ਇਸ ਵੀਡੀਓ ਦੁਆਰਾ ਜਾਣਕਾਰੀ ਜ਼ਰੂਰ ਦੇ ਦਿੱਤੀ ਹੈ ਕਿ ਦੁਨੀਆ ਦੇ ਸਭ ਤੋਂ ਮਹਿੰਗੇ ਫਲ ਕਿਹੜੇ ਨੇ। ਜੇਕਰ ਤੁਹਾਨੂੰ ਸਾਡਾ ਇਹ ਵੀਡੀਓ ਪਸੰਦ ਆਇਆ ਤਾਂ ਲਾਈਕ ਕਰ ਦਿਓ, ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਸਾਡਾ ਇਹ ਵੀਡੀਓ ਕਿਸ ਤਰ੍ਹਾਂ ਦਾ ਲੱਗਿਆ। ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਜਲਦ ਹੀ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ।